ਸਭ ਤੋਂ ਪਹਿਲਾਂ ਇਸ ਪਵਿੱਤਰ ਧਰਤੀ ਤੇ ਪਹੁੰਚੇ ਹੋਏ ਬਾਹਰੋਂ ਇਲਾਕੇ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਸ਼ਹੀਦਾਂ ਦੀ ਸੋਚ ਨੂੰ ਤਿਆਰ ਕਰਨ ਵਾਲੇ ਮੈਂ ਅਹੁਦੇ ਦਾ ਨਾਂ ਨਹੀਂ ਲਊਂਗਾ ਕਿਸੇ ਦਾ, ਸਾਰੇ ਇੱਕੋ ਜਿਹੇ ਆਪਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਕੋਈ ਮੈਂ ਇੱਥੇ ਰਾਜਨੀਤਿਕ ਗੱਲ ਨਹੀਂ ਕਰਨੀ, ਕੋਈ ਮੈਂ ਕਿਸੇ ਪਾਰਟੀ ਦੇ ਖਿਲਾਫ ਕੋਈ ਦੂਸ਼ਣਬਾਜ਼ੀ ਜਾਂ ਕੋਈ ਉਹਨਾਂ ਦੀ ਆਲੋਚਨਾ, ਇਹ ਜਗ੍ਹਾ ਇਹਨਾਂ ਚੀਜ਼ਾਂ ਤੋਂ ਉੱਪਰ ਹੈ ਜਿੱਥੇ ਆਪਾਂ ਖੜੇ ਹਾਂ। ਉਹ ਬਾਹਰ ਜਾ ਕੇ ਕਰ ਲਾਂਗੇ, ਕਦੇ ਫੇਰ ਕਰ ਲਾਂਗੇ ਆਪਣੀਆਂ ਰਾਜਨੀਤਿਕ ਗੱਲਾਂ। ਨੰਬਰ 2, ਅੱਜ ਮੈਂ ਇੱਥੇ ਪਹਿਲੀ ਵਾਰ ਨਹੀਂ ਆਇਆ, ਮੈਂ ਬਹੁਤ ਵਾਰ, ਮੈਂ ਤਾਂ ਕਈ ਵਾਰੀ ਅੱਧੀ ਰਾਤ ਨੂੰ ਉੱਠ ਕੇ ਵੀ ਆ ਜਾਂਦਾ ਹੁੰਦਾ ਇੱਥੇ, ਜਦੋਂ ਕਿਤੇ ਥੋੜ੍ਹਾ ਜਿਹਾ ਮਨ ਡੋਲਦਾ ਜਾਂ ਹੁੰਦਾ ਮੈਂ ਆ ਜਾਂਦਾ, ਇਕੱਲੇ ਹੀ ਆ ਕੇ ਮੈਂ ਇੱਥੇ ਬਹਿ ਜਾਂਦਾ ਕਿ ਹੁਣ ਕੀ ਕਰੀਏ ਦੱਸ, ਐਂ ਹੋ ਗਿਆ। ਮਿਲਦੀ ਹੈ ਫਿਰ ਪ੍ਰੇਰਨਾ ਉੱਥੋਂ ਕਿ ਡਟੇ ਰਹੋ, ਬਸ ਲੱਗੇ ਰਹੋ। ਸੋ ਵੀਰੋ, ਜਿਹੜੀ ਕ੍ਰਾਂਤੀ ਭਗਤ ਸਿੰਘ ਹੋਰਾਂ ਨੇ ਲਿਆਂਦੀ ਸੀ ਉਹ ਬਹੁਤ ਔਖੇ ਤਰੀਕੇ ਨਾਲ ਲਿਆਂਦੀ ਸੀ, ਲੁੱਕ ਕੇ ਛਿਪ ਕੇ। 302 ਦੇ ਪਰਚੇ ਸੀ, ਉਹ ਤਾਂ ਬੋਲ ਨਹੀਂ ਸਕਦੇ ਸੀ, ਇੱਦਾਂ ਨਾਰੇਲੀਆਂ ਕਰ ਸਕਦੇ ਸੀ। ਉਹਨਾਂ ਨੇ ਐਡੀ ਵੱਡੀ ਕ੍ਰਾਂਤੀ ਚੋਰੀਓ ਮਤਲਬ ਲੁੱਕ ਛਿਪ ਕੇ ਲਿਆਤੀ, ਆਪਣੇ ਵਾਲੀ ਤਾਂ ਬਟਨ ਨਾਲ ਆ ਰਹੀ ਹੈ, ਇੱਕ ਬਟਨ ਦੱਬਣ ਉਹ ਵੀ ਓਲੇ ਚ, ਕਿਹੜੇ ਕਿਸੇ ਨੂੰ ਪਤਾ ਲੱਗਦਾ। ਸੋ ਲੋਕਾਂ ਦਾ ਫਤਵਾ ਸਿਰ ਮੱਥੇ, ਕਈ ਵਾਰੀ ਲੋਕ ਚੈੱਕ ਕਰਦੇ ਹੁੰਦੇ ਨੇ ਕਿ ਖੜਦਾ ਬੰਦਾ ਕਿ ਨਹੀਂ, ਮੈਂ ਵੀ ਲਹਿਰੇਗਾ ਕਿਤੋਂ ਹਾਰ ਗਿਆ ਸੀਗਾ। ਕਈ ਵਾਰੀ ਲੋਕ ਚੈੱਕ ਕਰਦੇ ਨੇ ਕਿ ਜਿੱਤਣ ਤਾਂ ਨਹੀਂ ਆਇਆ ਪਰ ਮੈਂ ਖੜਾ ਰਿਹਾ, ਉਹ ਕਹਿੰਦੇ ਚੱਲ ਫਿਰ ਠੀਕ ਹੈ। ਸੋ ਇਸ ਕਰਕੇ ਆਪਾਂ ਪੰਜਾਬ ਦੇ ਮਸਲੇ ਉੱਥੇ ਉਠਾਉਣੇ ਨੇ, ਉਠਾਊਂਗਾ। ਔਰ ਵੱਡੇ ਮਸਲੇ ਬੇਰੁਜ਼ਗਾਰੀ ਤੋਂ ਸ਼ੁਰੂ ਹੁੰਦਾ ਸਭ ਕੁਛ, ਬੇਰੁਜ਼ਗਾਰੀ ਕਰਕੇ ਉਹ ਵਿਹਲੇ ਮਨ ਨੇ ਭਟਕ ਜਾਂਦੇ ਨੇ, ਅਪਰਾਧਾਂ ਵੱਲ ਜਾਂਦੇ ਨੇ। ਬੇਰੁਜ਼ਗਾਰੀ ਕਰਕੇ ਵਿਹਲੇ ਮਨ ਨੇ ਭਟਕ ਜਾਂਦੇ ਨੇ, ਨਸ਼ਿਆਂ ਵੱਲ ਜਾਂਦੇ ਨੇ। ਬੇਰੁਜ਼ਗਾਰੀ ਕਰਕੇ ਵਿਹਲੇ ਮਨ ਨੇ ਉਹ ਕਿਧਰੇ ਗਲਤ ਹੋਰ ਸ਼ਾਰਟਕੱਟ ਭਾਲਦੇ ਨੇ ਪੈਸੇ ਕਮਾਉਣ ਦੇ ਜਾਂ ਕੋਈ ਹੋਰ, ਬੇਰੁਜ਼ਗਾਰੀ ਕਰਕੇ ਬਾਹਰ ਨੂੰ ਭੱਜਦੇ ਆ। ਜਿਹੜੀ ਧਰਤੀ ਆਪਾਂ ਕਿਸੇ ਹੋਰਾਂ ਦੀ ਧਰਤੀ ਆ, ਖੱਬੇ ਪਾਸੇ ਦੇਖ ਲਓ ਸੱਜੇ ਦੇਖ ਲਓ, 150 ਮਣ ਦਾਣੇ ਪੈਦਾ ਕਰਦੀ ਹੈ ਇੱਕ ਸਾਲ 'ਚ, 90 ਮਣ ਝੋਨਾ, 60 ਮਣ ਕਣਕ। ਅਤੇ ਇਹਨਾਂ ਦੀ ਆਤਮਾ ਨੂੰ ਕੀ ਫਿਰ ਉਦੋਂ ਸ਼ਾਂਤੀ ਹੁੰਦੀ ਹੋਊਗੀ ਜਦੋਂ ਇਹ ਇਹਨਾਂ ਦੇ ਵਾਲੇ ਜਿਹੜੇ ਲੋਕ ਨੇ ਇਸ ਧਰਤੀ ਵਾਲੇ ਕਹਿੰਦੇ ਚੱਲੀਏ ਜਾਂ ਚਲੋ ਬਾਹਰ ਨਹੀਂ ਚੱਲੀਏ। 100 ਸਾਲ ਹੋ ਗਿਆ ਜਲ੍ਹਿਆਂਵਾਲੇ ਬਾਗ ਦੇ ਕਾਂਡ ਨੂੰ, 1919 'ਚ ਹੋਇਆ ਸੀ, 2019 'ਚ ਆਪਾਂ ਉੱਥੇ 2000 ਬੰਦਾ, 2000 ਪੰਜਾਬੀ ਉੱਥੇ ਭੁੰਨ ਤੇ ਜਨਰਲ ਡਾਇਰ ਨੇ। ਕਿਉਂ ਭੁੰਨੇ, ਕੀ ਕਰਨ ਗਏ ਸੀ? ਭਾਜੀ ਖੜ ਜਾਓ ਯਾਰ, ਹਾਂਜੀ ਕੋਈ ਨਹੀਂ ਮੈਂ ਦੇਖ ਲੈਣੀ, ਹਾਂ ਹਾਂ ਬਸ ਬਸ। ਕਿਉਂ ਕਿਉਂ ਉੱਥੇ ਕਤਲੇਮ ਹੋਇਆ ਸੀਗਾ, ਕਿਉਂਕਿ ਉਹ ਕੀ ਕਰਨ ਗਏ ਸੀ ਉਹ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ 'ਚ? ਉਹ ਤਾਂ ਉਸ ਵੇਲੇ ਦੇ ਨੌਜਵਾਨ ਸੀ, ਉਹ ਪਲੈਨਿੰਗਾਂ ਬਣਾਉਣ ਗਏ ਸੀਗੇ ਵੀ ਗੋਰੇ ਨੂੰ ਕਿਵੇਂ ਕੱਢੀਏ। ਅਤੇ ਅੱਜ ਉਹਨਾਂ ਦੀ ਆਤਮਾ ਤੜਫਦੀ ਹੋਊਗੀ ਜਦੋਂ ਉਹ ਦੇਖਦੇ ਨੇ ਅੱਜ ਦੇ ਨੌਜਵਾਨ ਇਹ ਪਾਰਕਾਂ 'ਚ ਬਹਿ ਕੇ ਪਲੈਨਿੰਗ ਬਣਾਉਂਦੇ ਨੇ ਕਿਵੇਂ ਚੱਲੀਏ, ਤੂੰ ਗੋਰਿਆਂ ਕੋਲ ਕਿਵੇਂ ਪਹੁੰਚੀ। ਲੈ ਅਨਾਊਂਸ ਕਰ ਦਿੰਦੇ ਅੱਜ ਇੱਥੇ ਕਰ ਦਿਓ ਅਨਾਊਂਸ, ਜਾਂ ਕਿਤੇ ਪਿੰਡ 'ਚ ਅਨਾਊਂਸ ਕਰ ਦਿਓ ਗੁਰਦੁਆਰਾ ਸਾਹਿਬ ਸਪੀਕਰ 'ਚ ਕਿ ਭਾਈ ਇੰਗਲੈਂਡ ਵਾਲਿਆਂ ਨੇ ਵੀਜ਼ੇ ਖੋਲ੍ਹਤੇ, ਜਿਹਨੇ ਜਾਣਾ ਭਾਈ ਇੱਕ ਪਾਸਪੋਰਟ ਦੇ ਜਾਓ ਸਾਥੀ ਸੱਥ 'ਚ, ਦੱਸਣੇ ਬੁੜੀਆਂ ਦੇ ਪਾਸਪੋਰਟ ਫੜਾਵਾਂਗੇ ਯਾਰ, ਕੱਢ ਲਓ ਇੱਥੋਂ ਜਿਨ੍ਹਾਂ ਨੂੰ ਪਹਿਲਾਂ ਕੱਢਣ ਲਈ ਮਰੀ ਸ਼ਹੀਦ ਹੋਈ ਗਏ, ਪਹਿਲਾਂ ਉਹਨਾਂ ਨੂੰ ਕੱਢਣ ਲਈ ਸ਼ਹੀਦ ਹੋਈ ਗਏ, ਹੁਣ ਉਹਨਾਂ ਕੋਲ ਪਹੁੰਚਣ ਲਈ ਮਰੀ ਜਾਂਦੇ ਆ, ਫਿਰ ਇਹ ਕਿਉਂ ਅਸੀਂ ਹੀਰੇ ਗਵਾਲੇ ਫਿਰ ਗੋਰਿਆਂ ਨੂੰ ਇੱਥੇ ਰੱਖ ਲੈਂਦੇ, ਇਹ ਵੀ 90-90 ਸਾਲ ਦੀ ਉਮਰ ਭੋਗਦੇ, ਫਿਰ ਇਹ ਬਾਈ 23 ਸਾਲ ਦੀ ਉਮਰ 'ਚ ਅਸੀਂ ਸ਼ਹੀਦ ਕਰਾ ਲਏ, ਫਿਰ ਗਲਤੀ ਕਿਹਦੀ ਹੈ? ਗਲਤੀ ਸਾਡੀ ਵੀ ਹੈ, ਫਿਰ ਵੋਟਾਂ ਪਾਈ ਗਈ ਸੀ ਉਹਨਾਂ ਨੂੰ। ਰਾਜਗੁਰੂ ਜਦੋਂ ਰਾਜਗੁਰੂ ਜਿਹੜਾ ਸੀਗਾ ਉਹਨੂੰ ਮਜ਼ਾਕ ਕਰਦੇ ਰਹਿੰਦੇ ਸੀ ਭਗਤ ਸਿੰਘ ਹੋਰੀ, ਗੁਰਦੇਵ ਸਿੰਘ, ਚੰਦਰਸ਼ੇਖਰ ਜੀ ਵੀ ਇਹ ਤਾਂ ਲਿਖਦੇ ਸੀ ਬਹੁਤ ਕੁਛ, ਕਾਂਡ ਮੈਂ ਰੰਗ ਦੇ ਬਸੰਤੀ ਆਡੀਟੋਰੀਅਲ ਸਾਰਾ ਕੁਛ ਦੇਸ਼ ਭਗਤੀ ਦੇ ਸ਼ਹਿਰ, ਰਾਜਗੁਰੂ ਲਿਖ ਨਹੀਂ ਸਕਦਾ, ਮੈਂ ਲਿਖ ਕਹਿੰਦਾ ਤੂੰ ਲਿਖ ਨਹੀਂ ਸਕਦਾ ਕਦੇ, ਉਹ ਕਹਿੰਦਾ ਮੈਂ ਲਿਖੂੰ ਯਾਰ ਕਦੇ ਕੁਛ, ਦੇਖੂ ਲਿਖੂੰਗਾ ਮੈਂ ਕੁਛ, ਉਹ ਕਹਿੰਦੇ ਛੱਡ ਤੂੰ ਰਹਿਣ ਦੇ ਯਾਰ, ਜੇ ਯਾਰ ਦੋਸਤ ਆਪਸ 'ਚ ਉਹ ਤੂੰ ਨਹੀਂ ਲਿਖ ਸਕਦਾ, ਫਾਂਸੀ ਸਜਾ ਹੋਊਗੀ, ਕਹਿੰਦੇ ਹੁਣ ਤਾਂ ਹੁਣ ਕਦੇ ਕਿੱਥੇ ਲੈ ਗਿਆ, ਜੇ ਤਾਂ ਪੈਨ ਵੀ ਨਹੀਂ ਮਿਲਣਾ, ਪਹਿਲਾਂ ਲਿਖੂੰਗਾ ਕਦੇ ਯਾਰ, ਤੁਸੀਂ ਦੇਖਿਓ ਸਹੀ ਪੜ੍ਹਨਗੇ ਯਾਰ ਲੋਕ ਨੂੰ, ਬਹੁਤ ਲੋਕਾਂ ਨੂੰ ਨਹੀਂ ਪਤਾ ਹੋਣਾ, ਜਿਸ ਦਿਨ ਫਾਂਸੀ ਅਰਲੀ ਮਾਰਨਿੰਗ 3 ਵਜੇ ਠਾਉਣ ਆਇਆ ਸਫਾਈ, ਉਹਨੂੰ ਕਹਿੰਦੇ ਹੁਣ ਕਿੱਥੇ ਲਿਖੀ ਹੋਵੇ ਫਾਂਸੀ ਹੋ ਗਈ, ਪਹਿਲਾਂ ਲਿਖੂੰਗਾ ਯਾਰ, ਸਫਾਈ ਨੂੰ ਕਹਿੰਦਾ ਯਾਰ ਕੋਲਾ ਲਿਆ ਦੇਖ, ਨਾਲ ਹੀ ਖੜ ਕੇ ਲੈ ਜੀ ਭਾਵੇਂ, ਕਿਉਂਕਿ ਹਾਂ ਫਾਂਸੀ ਵਾਲੇ ਤਾਂ ਸਾਰਾ ਕੁਛ ਖੋਹ ਲੈਂਦੇ ਨੇ, ਕੁਛ ਨਹੀਂ ਹੁੰਦਾ ਉਹਨਾਂ ਕੋਲ, ਪੈਨ ਨਾ ਜਾਂ ਕੋਈ ਹੋਰ ਹੈ, ਸੁਸਾਈਡ ਨਾ ਕਰ, ਆਪਦੇ ਆਪ ਨੂੰ ਹਾਰਟ ਕਰ ਲੈ, ਅਤੇ
ਗੋਲੇ ਨਾਲ ਲਾਹੌਰ ਦੀ ਜੇਲ੍ਹ ਦੀ ਬੈਰਕ ਦੀ ਕੰਧ ਤੇ ਦੋ ਲਾਈਨਾਂ ਲਿਖੀਆਂ। ਸ਼ਾਇਦ ਬਹੁਤਿਆਂ ਬੰਦਿਆਂ ਨੂੰ ਨਹੀਂ ਪਤਾ ਦੋ ਲਾਈਨਾਂ ਰਾਜਗੁਰੂ ਨੇ ਲਿਖੀਆਂ, ਕਿਉਂਕਿ ਪੂਨੇ ਤੋਂ ਅਸੀਂ ਹਿੰਦੀ 'ਚ ਲਿਖੀ, ਹਿੰਦੀ ਬੋਲਣ। ਕਹਿੰਦਾ ਹਮ ਵੀ ਜੀ ਸਕਦੇ ਥੇ ਚੁੱਪ ਰਹਿ ਕਰ, ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਕਰ। ਇੰਨਾ ਲਿਖਿਆ, ਅੱਧੇ ਘੰਟੇ ਬਾਅਦ ਫਾਂਸੀ ਮਿਲ ਗਿਆ। ਅਸੀਂ ਹੋਰ ਹੀ ਕੁਛ ਪੜ੍ਹੀ ਜਾਂਦੇ ਹਾਂ, ਜਿਹੜੀ ਆਹ ਚੀਜ਼ਾਂ ਸਾਨੂੰ ਸਿਲੇਬਸ 'ਚ ਨਹੀਂ ਦਿੱਤੀਆਂ ਇਹਨਾਂ ਨੇ। ਸਾਨੂੰ ਫੀਸ ਮਾਫ਼ੀ ਦੀ ਅਰਜ਼ੀ ਲਿਖਾਈ ਜਾਂਦੇ ਰਹੇ ਵੀ ਮਾਫ਼ੀਆਂ ਮੰਗਣ ਸਿੱਖ ਜਾਓ ਪਹਿਲਾਂ, ਵੀ ਗਰੀਬੀ ਹੈ ਭਾਈ ਬਾਬਾ, ਪਹਿਲਾਂ ਫੀਸ ਮਾਫ਼ੀ ਦੀ ਅਰਜ਼ੀ ਹੈ, ਜੁਰਮਾਨਾ ਮਾਫ਼ੀ ਦੀ ਬਾਅਦ ਵੱਡੇ ਹੋਏ ਕਹਿੰਦੇ ਬਿਜਲੀ ਦੇ ਬਿੱਲ ਮਾਫ਼ ਕਰ ਦਿਓ ਜੀ, ਕਰਜ਼ਾ ਮਾਫ਼, ਫੀਸ ਕਰ ਦਿਓ ਸਾਨੂੰ ਬਸ। ਸਾਡੇ ਸਿਲੇਬਸ ਦੇ ਵਿੱਚ ਦੀ ਸਾਨੂੰ ਜਿਸ ਵੇਲੇ ਸਾਡੇ ਮਨ ਕੋਰੇ ਹੁੰਦੇ ਨੇ, ਕੋਰੇ ਕਾਗਜ਼ ਵਰਗੇ ਜੋ ਮਰਜ਼ੀ ਲਿਖ ਦਿਓ, ਉਦੋਂ ਇਹ ਗਰੀਬੀਆਂ ਲਿਖ ਦਿੰਦੇ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ ਸਨਾਵਰ 'ਚ ਜਿਹ 'ਚ ਸੁਖਬੀਰ ਪੜ੍ਹਿਆ, ਦੂਨ ਦੇ ਵਿੱਚ ਜਿਹ 'ਚ ਮਨਪ੍ਰੀਤ ਬਾਦਲ ਪੜ੍ਹਿਆ, ਉਹਨਾਂ ਦੇ ਵਿੱਚ ਫੀਸ ਮਾਫ਼ੀ ਦੀ ਅਰਜ਼ੀ ਹੈ ਹੀ ਨਹੀਂ ਸਿਲੇਬਸ 'ਚ, ਉਹ ਤਾਂ ਪਹਿਲਾਂ ਭਰਾਉਂਦੇ ਆ ਜੀ। ਅਸੀਂ ਫੀਸ ਮਾਫ਼ੀ ਵਾਲੇ ਸਕੂਲਾਂ 'ਚ ਪੜ੍ਹੇ ਹਾਂ ਯਾਰ, ਹਜੇ ਵੀ ਭਰੀ ਜਾਂਦੇ ਹਾਂ। ਹੁਣ ਫਾਰਮ ਭਰ ਦਿਓ, ਕਰਜ਼ਾ ਮਾਫ਼ ਕਰੋ। ਹਾਂਜੀ, ਕਿਉਂਕਿ ਆਪਾਂ ਨੂੰ ਭਰਨੇ ਆਉਂਦੇ ਨੇ, ਪਹਿਲਾਂ ਸਿਖਾਏ ਹੋਏ ਇਹਨਾਂ ਨੇ। ਕੋਈ ਗੱਲ ਨਹੀਂ, ਰੱਬ ਵਿਧੀਆਂ ਬਣਾਉਂਦਾ ਹੁੰਦਾ, ਸਭ ਕੁਛ ਠੀਕ ਹੋਊਗਾ। ਯਕੀਨ ਰੱਖੋ ਆਪਣੇ ਆਪ 'ਤੇ ਵੀ, ਯਕੀਨ ਰੱਖੋ ਕਿ ਕੋਈ ਨਹੀਂ ਅਸੀਂ ਵੀ ਬਦਲਾਂਗੇ। ਇਕੱਲੀ ਮੇਰੀ ਜ਼ਿੰਮੇਵਾਰੀ ਨਾ ਛੱਡਿਓ ਵੀ ਭਗਵੰਤ ਮਾਨ ਆਊਗਾ ਤਾਂ ਮੋਟਾ ਪਾਵਾਂਗੇ। ਮੈਂ ਕਿੱਥੇ ਕਿੱਥੇ ਜਾਵਾਂ ਹੁਣ, ਮੈਂ ਤਾਂ ਤੁਸੀਂ ਹੈਰਾਨ ਹੋ ਜਾਓਗੇ। ਮੈਂ ਜਦੋਂ ਦਿੱਲੀ ਗਿਆ ਵੋਟਾਂ ਤੋਂ ਬਾਅਦ, ਰਿਜ਼ਲਟ ਤੋਂ ਪਹਿਲਾਂ ਦੋ ਦਿਨ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਸੀ, ਮੈਂ ਪੱਗ ਲਾਹੀ। ਥੋੜ੍ਹੇ ਚਿਰ ਬਾਅਦ ਮੈਨੂੰ ਤੜਕ 'ਤੇ ਜਾਣਾ ਪਿਆ, ਮੇਰੇ ਦੋਨੇ ਕੰਨ ਨੀਲੇ ਰੰਗ ਦੇ ਉੱਤੇ ਖੂਨ ਜੰਮ ਗਿਆ। 20-20 ਘੰਟੇ ਪੱਗ ਬੰਨੀ ਰੱਖੀ ਮੈਂ, ਉੱਤੋਂ 47 ਡਿਗਰੀ ਟੈਂਪਰੇਚਰ ਨੈਚੁਰਲ ਸੀ, 2-3 ਡਿਗਰੀ ਜਨਰੇਟਰ ਵਧਾ ਦਿੰਦਾ ਸੀਗਾ, ਫਿਰ ਪਾਣੀ ਪਾਈ ਜਾਂਦਾ ਸੀ ਮੈਂ, ਜਨੂੰਨ ਜੋਤ ਤਾਂ ਮੈਨੂੰ ਪਤਾ ਨਹੀਂ ਲੱਗਿਆ, ਅਤੇ ਹੁਣ ਵੀ ਮੈਂ ਪੱਗ ਬੜੀ ਮੁਸ਼ਕਿਲ ਨਾਲ ਬੰਨ ਲਿਆ। ਸੋ ਇਹ ਪੱਗਾਂ ਬੰਨਣੀਆਂ ਸੌਖੀਆਂ ਜੀ, ਇਹ ਸਰਦਾਰੀਆਂ ਸਿਰ ਦੇ ਕੇ ਲਈਆਂ ਹੋਈਆਂ ਨੇ। ਸੋ ਆਪਾਂ ਏਕਾ ਰੱਖੋ, ਕਿਸੇ ਨਾਲ ਕੋਈ ਹੁੱਲੜਬਾਜ਼ੀ ਨਹੀਂ ਕਰਨੀ, ਠੀਕ ਹੈ। ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ, ਜਦੋਂ ਮੌਨ ਹੋਵੇ ਤਾਂ ਮੌਨ ਰੱਖੀਦਾ ਹੁੰਦਾ, ਉਦੋਂ ਇਹ ਨਹੀਂ ਕਰੀ ਤੂੰ ਮੇਰੇ ਮੂਹਰੇ, ਕੈਮਰੇ ਮੂਹਰੇ ਕਿਉਂ ਬਾਂਹ ਕਰ ਲਈ, ਤੂੰ ਪਿੱਛੋਂ ਆ ਕੇ ਮੂਹਰੇ ਹੋ ਗਿਆ। ਮੈਂ ਆਪਣੇ ਤਾਂ ਬੜੇ ਨੁਕਸ ਕੱਢ ਦਿੰਦਾ, ਡਿਸਿਪਲਿਨ ਨਹੀਂ ਹੈਗਾ। ਹਾਂਜੀ, ਕੀ ਹੈ ਜੀ, ਕੀ ਲਿਖਿਆ ਮੈਨੂੰ ਪਤਾ ਨਹੀਂ ਲੱਗਾ। ਜਿਹੜੇ ਪੀਲੇ ਪੈ ਗਏ ਉੱਡ ਗਿਆ ਰੰਗ ਗੁਲਾਬੀ ਵੇ, ਚੋੜੀਆਂ ਛਾਤੀਆਂ ਵਾਲੇ ਕਿੱਥੇ ਗਏ ਪੰਜਾਬੀ ਵੇ, ਜਰਦੇ ਭੁੱਕੀ ਫੀਮਾ ਵਰਗੇ ਜੇ ਨਸ਼ੇ ਹਿਲਾ ਲਾਂਗੇ, ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਫਿਰ ਕਿੱਥੋਂ ਪਾਲਾਂਗੇ, ਫਿਰ ਕਿੱਥੋਂ ਪਾਲਾਂਗੇ, ਫਿਰ ਕਿੱਥੋਂ ਪਾਲਾਂਗੇ। ਉਹਦਾ ਨੰਬਰ ਤੇ ਇੱਕ ਐਫੀਡੈਵਿਟ ਲੱਗੂਗਾ, ਇੱਕ ਐਫੀਡੈਵਿਟ ਲੱਗੂਗਾ, ਮੈਂ ਤੁਹਾਨੂੰ ਸਮਾਨ ਭੇਜ ਦਾਂਗਾ। ਤੁਸੀਂ ਦੇਖੋ ਜੀ, ਬਾਹਰਲੇ ਮੁਲਕ 'ਚ ਕਮਾਉਣ ਗਏ, ਉੱਥੇ ਡੈਥ ਹੋ ਗਈ, ਆਹ ਬਜ਼ੁਰਗਾਂ ਦਾ ਬੇਟਾ ਹੈ। ਅੱਜ ਡੈਡ ਬੋਡੀ ਮੰਗਾਉਣਾ ਵੀ ਇੱਕ ਕੰਮ ਬਣਾਤਾ ਇਹਨਾਂ ਨੇ ਕਿ ਸਾਡਾ ਕੰਮ ਬਣ ਜੂਗਾ ਜੀ। ਪਹਿਲੀ ਗੱਲ ਤਾਂ ਜਾਣਾ ਕਿਉਂ ਪਿਆ ਸਾਨੂੰ ਉੱਥੇ, ਉਹ ਇਟਲੀ ਤੋਂ ਸੋਨੀਆ ਗਾਂਧੀ ਇੱਥੇ ਆ ਗਿਆ, ਅਸੀਂ ਇਟਲੀ ਜਾ ਕੇ ਮਰੀ ਜਾਂਦੇ, ਉਹ ਇੱਥੇ ਰਾਜ ਕਰੀ ਜਾਂਦੀ ਸਾਡੇ। ਮੈਂ ਪੱਤਰਕਾਰਾਂ ਨੂੰ ਇਹ ਕਹਿੰਦਾ ਰਿਹਾ, ਮੈਨੂੰ ਕਹਿੰਦੇ ਵੀ ਕਿੰਨੇ ਖੁਸ਼ ਹੋ ਤੁਸੀਂ ਆਪ ਕਾਫਲੇ ਦੇਖ ਕੇ, ਕਿੰਨਾ ਮੋਟਰਸਾਈਕਲ ਅਣਗਿਣਤ ਮੋਟਰਸਾਈਕਲ ਮੂਹਰੇ ਨੇ ਗੱਡੀ ਦੇ ਅਣਗਿਣਤ ਪਿੱਛੇ ਨੇ। ਮੈਂ ਕਿਹਾ ਜੀ ਮੈਨੂੰ ਬਹੁਤ ਦੁੱਖ ਹੋ ਰਿਹਾ, ਬਹੁਤ ਜ਼ਿਆਦਾ ਬੁਰਾ ਲੱਗ ਰਿਹਾ ਮੈਨੂੰ। ਕਹਿੰਦੇ ਇਹ ਕਿਹਾ ਜਵਾਬ ਹੈ, ਲੀਡਰ ਤਾਂ ਕਹਿੰਦੇ ਹੁੰਦੇ ਨੇ ਵੀ ਬਹੁਤ ਦੇਖੋ ਯੂਥ ਮੇਰੇ ਨਾਲ ਖੁਸ਼ ਹੁੰਦੇ ਨੇ। ਮੈਂ ਕਿਹਾ ਜੀ ਮੈਂ ਲੀਡਰ ਨਹੀਂ ਕਹਿੰਦਾ, ਮੈਂ ਇਹਨਾਂ 'ਚੋਂ ਇੱਕ ਹਾਂ। ਪਹਿਲਾ ਨੰਬਰ 2, ਅੱਜ ਕੀ ਦਿਨ ਹੈ? ਕੋਈ ਮੰਗਲਵਾਰ ਨੂੰ ਪੁੱਛਦਾ ਸੀ, ਕੋਈ ਬੁੱਧਵਾਰ, ਮੈਂ ਕਿਹਾ ਜੀ ਵਰਕਿੰਗ ਡੇ ਹੈ, ਛੁੱਟੀ ਤਾਂ ਨਹੀਂ ਅੱਜ ਕੋਈ ਦਿਨ, ਕਿੰਨੇ ਵੱਜ ਗਏ ਕਹਿ ਦਿੰਦੇ ਸਾਡੇ ਬਾਰ। ਮੈਂ ਮੇਰੇ ਨਾਲ ਕੀ ਕਰਦੇ ਫਿਰਦੇ ਨੇ, ਇਹ ਦਫ਼ਤਰਾਂ 'ਚ ਹੋਣੇ ਚਾਹੀਦੇ ਸੀ, ਸੰਡੇ ਨੂੰ ਆ ਜਾਂਦੇ ਮੇਰੇ ਨਾਲ। ਮੈਂ ਕਿਹਾ ਅਗਲੀ ਇਲੈਕਸ਼ਨ ਜਦੋਂ ਲੜੂੰਗਾ ਨਾ, ਮੇਰੇ ਨਾਲ ਕਾਫਲੇ ਨਹੀਂ ਹੋਣਗੇ, ਇਹ ਕੰਮ 'ਤੇ ਗਏ ਹੋਣਗੇ, ਐਤਵਾਰ ਨੂੰ ਆਇਆ ਕਰਦੇ। ਹੁਣ ਜਿੰਨਾ ਕੁ ਵੀ ਮੇਰੇ ਕੋਲ ਪੈੱਨ ਦਾ ਰੰਗ ਜਿੰਨਾ ਕੁ ਗੂੜਾ ਹੈ, ਉਹ ਮੈਂ ਵਰਤੂੰਗਾ ਤੁਹਾਡੇ ਲਈ। ਹੋਰ ਵੀ ਪੈੱਨ ਜਿਹੜੇ ਆਲੇ ਦੁਆਲੇ ਦੋਸਤਾਂ ਦੇ
ਜਾਂ ਕੋਈ ਹੋਰ ਹੋਣਗੇ, ਹੋਰ ਐਮ ਪੀ ਬੰਗਾਲ ਜਾਂ ਕੋਈ, ਉਹਨਾਂ ਦੇ ਪੈਨ ਵੀ ਵਰਤੂੰਗਾ ਮੈਂ ਤੁਹਾਡੇ ਲਈ, ਸ਼ਹੀਦਾਂ ਦੀ ਸੋਚ ਲਈ। ਠੀਕ ਹੈ। ਅਤੇ ਹੁਣ ਕੋਈ ਇੱਥੇ ਆਮ ਆਦਮੀ ਪਾਰਟੀ ਦਾ ਨਾਰਾ ਨਹੀਂ ਲਾਉਣਾ, ਜੇ ਗਾਣੇ ਲਾਉਣੇ ਨੇ ਸਿਰਫ ਅਤੇ ਸਿਰਫ ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦੇਣਗੇ ਠੋਕ ਕੇ, ਅਤੇ ਇਨਕਲਾਬ ਚਲਾ ਆਰਾਮ ਨਾਲ ਜਾਣਾ। ਭਗਤ ਸਿੰਘ ਤੇਰੀ ਸੋਚ 'ਤੇ ਇਨਕਲਾਬ ਜ਼ਿੰਦਾਬਾਦ। ਮੈਂ ਜੀ ਸਪੈਸ਼ਲ ਇਹਨਾਂ ਨੂੰ ਭਗਵੰਤ ਮਾਨ ਜੀ ਨੂੰ ਮਿਲਣ ਲਈ ਬਲਾਚੌਰ ਤੋਂ ਆਇਆ, ਜਾਂ ਮੈਨੂੰ ਕੱਲ੍ਹ ਇਹਨਾਂ ਦੀ, ਅੱਜ ਮੈਂ ਸਵੇਰੇ ਇਹਨਾਂ ਦੀ ਦੇਖੀ ਸੀ ਪੇਜ 'ਤੇ ਵੀਡੀਓ ਵੀ ਆ ਰਹੇ ਨੇ, ਸੋ ਮੈਂ ਇਹਨਾਂ ਦਾ ਬਹੁਤ ਫੈਨ ਹਾਂ। ਇੱਕ ਜਿਹੜਾ ਇਹ ਸੱਚ ਬੋਲਦੇ ਨੇ, ਅਤੇ ਜਿਹੜਾ ਸੁਖਬੀਰ ਹੋਣਾ ਬਾਰੇ ਜਾਂ ਜਿੰਨੇ ਵੀ ਹੋਰ ਪੋਲੀਟੀਕਲ ਪਾਰਟੀਆਂ ਅਤੇ ਐਂਟੀ ਉਹਨਾਂ ਬਾਰੇ ਖੁੱਲ੍ਹ ਕੇ ਬੋਲਦੇ ਆ, ਨਿਡਰ ਹੋ ਕੇ, ਉਹ ਚੀਜ਼ ਦੇ ਅਸੀਂ ਇਹਨਾਂ ਦੇ ਫੈਨ ਹਾਂ। ਸੋ ਹੁਣ ਇਹਨਾਂ ਲਈ ਕਹਿਣਾ ਚਾਹੁੰਦਾ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ। ਬਸ ਕੋਈ ਜਜ਼ਬਾਤ ਨੇ ਇਹਨਾਂ ਦੇ, ਜਜ਼ਬਾਤ ਨੇ, ਚਲੋ ਕੋਈ ਨਹੀਂ। ਇਹ ਅਸਲ 'ਚ ਮੈਨੂੰ, ਮੈਂ ਅੱਜ ਪੱਤਰਕਾਰਾਂ ਨੂੰ ਇਹ ਕਹਿ ਕੇ, ਇਹ ਮੈਨੂੰ ਆਪਣਾ ਦੋਸਤ ਸਮਝਦੇ ਨੇ। ਸੋ ਇਹਨਾਂ ਦੀ ਭੜਾਸ ਨਿਕਲੀ ਹੈ ਕਿ ਸਾਡੇ ਬੰਦੇ ਨੂੰ ਇਹ ਵਿਰੋਧੀ ਪਾਰਟੀਆਂ ਵਾਲੇ ਸਾਰੇ ਰਲ ਕੇ ਉਹ ਦੱਬਣ ਨੂੰ ਫਿਰਦੇ ਸੀ, ਪਰ ਅਸੀਂ ਦੱਬਣ ਨਹੀਂ ਦਿੰਦੇ। ਸੋ ਇਹਨਾਂ ਦੀ ਭੜਾਸ ਕੋਈ ਨਹੀਂ, ਜਜ਼ਬਾਤ ਦਾ ਕਦਰ ਕਰਦਾ ਤੁਹਾਡੇ। ਸੋ ਬਹੁਤ ਬਹੁਤ ਧੰਨਵਾਦ ਆ ਚਾਹ ਨਗਰ ਵੱਲੋਂ, ਸੈਵਨ ਪ੍ਰਾਈਮ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਲੈਫਟ ਸਾਈਡ ਤੇ ਬੈਲ ਦਾ ਆਈਕਨ ਦਬਾਉਣਾ ਨਾ ਭੁੱਲੋ।